اللہ الرحمن الرحیم ہے ہاں جی اسی ہے پہلے لیمن پیڑا وا ہے لگاواں گے ਅਸੀਂ ਔਰੰਜ ਲਗਾ ਰਹੇ ਹਾਂ ਕਿ ਸੂਰਜ ਦਾ ਇਫੈਕਟ ਜਿਹੜਾ ਨਾ ਕਿ ਇਹ ਵੀ ਇੱਕ ਨਿਮਤ ਆ ਅਸੀਂ ਇਹਦੇ 'ਤੇ ਆਇਤ ਲਿਖਣੀ ਆ ਫਾਬੇ ਆ ਅਲਾਏ ਰੱਬੇ ਕੁਮਾਰ ਤੁਕਜ਼ੇ ਮਾਨ ਤੁਮ ਆਪਣੇ ਰੱਬ ਕੀ ਕੌਣ ਕੌਣ ਸੀ ਨਿਮਤੋਂ ਕੋ ਜੁਟਲਾਓਗੇ ਫਿਰ ਅਸੀਂ ਇਹ ਬਰੰਟ ਅੰਬਰ ਹੈ ਇਸਤੇਮਾਲ ਕਰਾਂਗੇ ਇਹਦੇ ਨਾਲ ਰੈੱਡ ਇਸਤੇਮਾਲ ਕਰਾਂਗੇ ਔਰ ਯੈਲੋ ਇਹਦੇ ਨਾਲ ਅਸੀਂ ਜਾਮ ਨੂੰ ਇਸਤੇਮਾਲ ਕਰਾਂਗੇ ਉਹਨੂੰ ਥੋੜ੍ਹਾ ਡਾਰਕ ਕਰੀ ਜਾਵਾਂਗੇ ਕਿਉਂਕਿ ਇੱਥੇ ਲਿਖਾਈ ਜਿਹੜੀ ਆਉਣੀ ਹੁੰਦੀ ਨਾ ਉਹ ਫਿਰ ਡਾਰਕ ਹੋਏਗਾ ਤਾਂ ਉਹ ਨੁਮਾਇਆ ਹੋਏਗੀ
ਕਲਰ ਸਕੀਮ ਹੁੰਦੀ ਹੈ ਕਿ ਆਪਣੀ ਇੱਕ ਕੋਈ ਪਸੰਦ ਹੁੰਦੀ ਹੈ, ਕੋਈ ਮੈਚਿੰਗ ਹੁੰਦੀ ਹੈ ਉਹਦੇ ਨਾਲ ਕਿ ਤੁਸੀਂ ਕਿਹਦੇ ਨਾਲ ਕਿਹੜਾ ਰੰਗ ਲਗਾ ਕੇ ਉਹਨੂੰ ਜਚਾ ਸਕਦੇ ਜੀ। ਬਾਕੀ ਆ ਸਟੋਕ ਹੁੰਦੇ ਰੰਗ ਦੇ। ਰੰਗ ਉਹਨਾਂ ਕੁ ਲੈਣਾ ਚਾਹੀਦਾ ਜਿੰਨਾ ਕੁ ਉਹਦੇ 'ਤੇ ਲੱਗ ਜਾਵੇ, ਜਾਏ ਕਿ ਜ਼ਾਇਆ ਨਾ ਹੋਵੇ। ਉਹਨਾਂ ਪੜ੍ਹ ਲਓ ਜਿਹੜਾ ਜਿਹੜਾ ਤੁਹਾਡਾ ਹਿਸਾਬ 'ਚ ਹੁੰਦਾ ਕਿ ਤੁਸੀਂ ਇਹ ਲਗਾ ਕੇ ਅਤੇ ਤੁਸੀਂ ਇਹਦੇ ਨਾਲ ਇਹ ਕਲਰ ਸਕੀਮ ਲਗਾਉਣੀ ਹੈ। ਇਹ ਸਾਡੀ ਹੁਣ ਕਲਰ ਸਕੀਮ ਮੁਕੰਮਲ ਹੋ ਗਈ। ਇਹਦੇ ਨਾਲ ਹੁਣ ਅਸੀਂ ਇਹਦੇ 'ਤੇ ਲਿਖਾਈ ਕਰ ਦਿਆਂਗੇ। ਇਹ ਜੀ ਖਤੇ ਦੀਵਾਨੀ ਹੈ ਜਿਹੜੀ ਮੈਂ ਲਿਖਣ ਦੀ ਕੋਸ਼ਿਸ਼ ਕਰ ਰਿਹਾ।
ਅਸੀਂ ਜੀ ਹੁਣ ਅਸੀਂ ਇਹਦੇ 'ਤੇ ਜ਼ੇਰਾਂ ਕਬਰਾਂ ਪਾਵਾਂਗੇ ਇਹਦੀਆਂ, ਇਹਦੇ ਉੱਤੇ ਜ਼ਬਰ ਆਏਗੀ। ਰੇਤ ਉੱਤੇ ਜ਼ਬਰ ਆਏਗੀ, ਰੱਬੇ ਬੇ ਥੱਲੇ ਜ਼ੇਰ ਆਏਗੀ, ਸ਼ਬਦ ਆਏਗੀ ਇੱਥੇ ਕੁਮਾ ਪੇਸ਼, ਮਾ ਜ਼ਬਰ ਆਏਗੀ ਇੱਥੇ, ਅਤੇ ਤੁਕਾ ਜ਼ੇ ਇੱਥੇ ਸ਼ਬਦ ਆਏਗੀ ਇਹਦੇ 'ਤੇ ਥੱਲੇ ਜ਼ੇਰ ਆਏਗੀ, ਬਾਨ ਕੜੀ ਜ਼ਬਰ ਆਏਗੀ, ਮੁਕਤਾ ਅਸੀਂ ਇੱਥੇ ਉੱਪਰ ਬਣਾਉਂਦਾ ਵਾ, ਇੱਥੇ ਅਸੀਂ ਆਇਤ ਖਤਮ ਹੋਣ ਤੋਂ ਬਾਅਦ ਦਾਇਰਾ ਲਾਇਆ ਜਾਂਦਾ। ਹੁਣ ਨਾਮ ਐਡ ਕਰ ਦਿੰਦੇ ਇਹਦੇ 'ਤੇ, ਕਲਮ ਥੋੜ੍ਹੀ ਜਿਹੀ ਬੜੀ ਹੈ, ਆ ਬਰੇਕ ਦੇਣਾ ਕਲਮ, ਸਾਡੀ ਪੇਂਟਿੰਗ ਅੱਜ ਦੀ।